ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਸਾਡੇ ਨਾਲ ਨੇ। ਚੀਮਾ ਸਾਹਿਬ, ਕਿਸ ਤਰੀਕੇ ਨਾਲ ਦੇਖਦੇ ਹੋ, ਸਮਾਂ 1 ਜੂਨ ਆ, ਥੋੜ੍ਹਾ ਰਹਿ ਗਿਆ, ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ? ਦੇਖੋ, ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਜਿਹੜੀਆਂ ਬੜੇ ਅੱਛੇ ਤਰੀਕੇ ਦੇ ਨਾਲ, ਅਸੀਂ ਪੂਰੇ ਪੰਜਾਬ 'ਚ ਇਲੈਕਸ਼ਨ ਲੜ ਰਹੇ ਹਾਂਗੇ, ਤਿਆਰੀਆਂ ਫੁੱਲ ਨੇ ਬਿਲਕੁਲ। 13 ਦੇ 13 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂਗੀ। 2 ਸਾਲਾਂ ਦੇ ਅੰਦਰ ਪਹਿਲੀ ਸਰਕਾਰ ਆ, ਇਤਿਹਾਸ ਦੇ ਅੰਦਰ ਪਹਿਲੀ ਸਰਕਾਰ ਆ ਜਿਹਨੇ 2 ਸਾਲਾਂ ਦੇ ਅੰਦਰ 5 ਗਰੰਟੀਆਂ 'ਚੋਂ 4 ਗਰੰਟੀਆਂ ਅਸੀਂ ਪੂਰੀਆਂ ਕਰਕੇ ਲੋਕਾਂ 'ਚ ਖੜ੍ਹੇ ਹਾਂ। ਨਹੀਂ ਤਾਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, 4.5 ਸਾਲਾਂ ਬਾਅਦ ਸਰਕਾਰਾਂ ਕੰਮ ਕਰਨ ਲੱਗਦੀਆਂ ਸੀਗੀਆਂ, ਪਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੇ ਸਾਲ ਪਹਿਲੇ ਮਹੀਨੇ ਤੋਂ, ਸਰਕਾਰ ਬਣਨ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਤੋਂ ਲਗਾਤਾਰ ਲੋਕਾਂ ਦੇ ਕੰਮਕਾਰ ਜਿਹੜੇ ਉਹ ਪੰਜਾਬ 'ਚ ਹੋਏ ਨੇਗੇ, ਔਰ 5 ਗਰੰਟੀਆਂ 4 ਗਰੰਟੀਆਂ ਪੰਜਾਬ 'ਚ ਪੂਰੀਆਂ ਹੋਈਆਂ ਨੇਗੀਆਂ। ਹਲਚਲ ਬਹੁਤ ਜ਼ਿਆਦਾ ਚੱਲ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ, ਪਾਰਟੀ ਦੇ ਵੱਡੇ ਵੱਡੇ ਲੀਡਰ ਦੂਜੀਆਂ ਪਾਰਟੀਆਂ ਜਾ ਰਹੀਆਂ ਨੇ, ਚਾਹੇ ਗੱਲ ਆਮ ਆਦਮੀ ਪਾਰਟੀ ਦੀ ਹੋਵੇ, ਕਾਂਗਰਸ ਦੀ ਹੋਵੇ, ਤਾਂ ਬੀਜੇਪੀ ਦਾ ਪੱਲਾ ਹਰ ਕੋਈ ਲੀਡਰ ਫੜ ਰਿਹਾ। 1 ਦਿਨ ਪਹਿਲਾਂ ਬਿਆਨ ਹੋਰ ਹੁੰਦੇ ਨੇ ਖਿਲਾਫ਼, ਤਾਂ ਦੂਜੇ ਦਿਨ ਬੀਜੇਪੀ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਹੋ ਰਿਹਾ। ਹੁਣ ਮਲੂਕਾ ਸਾਹਿਬ ਦਾ ਪਰਿਵਾਰ ਜਿਹੜਾ ਹੈਗਾ, ਉਹਨਾਂ ਦੇ ਨੂੰਹ, ਉਹਨਾਂ ਦਾ ਬੇਟਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ, ਕਿਸ ਤਰੀਕੇ ਨਾਲ ਦੇਖਦੇ ਵੀ ਕਾਰਨ ਕੀ ਲੱਗਦੇ ਨੇ? ਦੇਖੋ, ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਖਿਲਾਫ਼ 3 ਵੱਡੇ ਕਾਲੇ ਕਾਨੂੰਨ ਬਣਾਏ ਸੀ, ਜਿਨ੍ਹਾਂ ਨੇ, ਮੈਂ ਸਮਝਦਾ, ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਸੀਗਾ, ਔਰ ਉਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ਼ ਪੰਜਾਬ ਹੀ ਡਟ ਕੇ ਲੜਿਆ ਸੀ, ਪੰਜਾਬ ਦੇ ਕਿਸਾਨ ਹੀ ਡਟ ਕੇ ਲੜੇ ਸੀਗੇ। ਅੱਜ ਭਾਰਤੀ ਜਨਤਾ ਪਾਰਟੀ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਟਾਰਗੇਟ ਬਣਾਇਆ ਹੈਗਾ, ਔਰ ਇਹੀ ਕਾਰਨ ਆ ਕਿ ਬਹੁਤ ਸਾਰੇ ਜਿਹੜੇ ਲੀਡਰ ਨੇਗੇ ਉਹਨਾਂ ਨੂੰ ਖਰੀਦੋ ਫਰੋਖਤ ਦਾ ਕੰਮ ਜਿਹੜਾ ਪੂਰੇ ਪੰਜਾਬ 'ਚ ਜਾਰੀ ਆ। ਕਿਤੇ ED ਭੇਜਦੇ ਨੇ, ਕਿਤੇ CBI ਭੇਜਦੇ ਨੇ, ਕਿਤੇ ਪੈਸਾ ਭੇਜਦੇ ਨੇ, ਕਿਤੇ ਮਸਲ ਪਾਵਰ ਭੇਜਦੇ ਨੇ, ਸੋ ਉਹਦਾ ਇਹ ਦੇਖਣ ਨੂੰ ਮਿਲ ਰਿਹਾ। ਤਾਂ ਉਹ ਦੇਖਿਓ ਜਦੋਂ ਰਿਜ਼ਲਟ ਆਊਗਾ ਤਾਂ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਵਪਾਰੀ ਨੇ, ਪੰਜਾਬ ਦੇ ਮੁਲਾਜ਼ਮਾਂ ਨੇ, ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਸਿਖਾਉਣਾ ਗਾ, ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੀ ਪੱਧਰ 'ਤੇ ਜਿੱਤ ਪ੍ਰਾਪਤ ਕਰੂਗੀ। ਮਲੂਕਾ ਸਾਹਿਬ ਦੀ ਜਿਹੜੀ ਨੂੰਹ ਹੈਗੀ ਆ, IAS ਔਫਿਸਰ ਨੇ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਕਹਿਤਾ ਕਿ ਮੈਂ ਅਸਤੀਫਾ ਦੇਣੀ ਆ, ਪਰ ਭਗਵੰਤ ਮਾਨ ਸਾਹਿਬ ਦਾ ਹੁਣੇ ਬਿਆਨ ਆਇਆ ਕਿ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਹੋਊਗਾ, IAS ਦੀ ਜੌਬ ਆ ਇਹ ਸਹੀ ਤਰੀਕੇ ਦੇ ਨਾਲ ਹੋਊਗਾ, ਤਾਂ ਉਹ ਪਾਰਟੀ ਦੇ ਵਿੱਚ ਹੁਣ BJP 'ਚ ਸ਼ਾਮਿਲ ਹੋ ਚੁੱਕੇ ਨੇ। ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵੱਡਾ ਔਫਿਸਰ ਪਦ ਜਿਹੜਾ ਕਿਤੇ ਨਾ ਕਿਤੇ ਉਹ ਕਹਿ ਰਹੇ ਨੇ ਕਿ ਹਾਂ ਮੈਂ ਅਸਤੀਫਾ ਦੇ ਕੇ ਹੁਣ ਸ਼ਾਮਿਲ ਹੋ ਰਹੀ ਹਾਂ? ਦੇਖੋ, ਜਿਹੜੇ IAS ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਕਾਇਦੇ ਕਾਨੂੰਨ ਦਾ ਬਿਲਕੁਲ ਉਹ ਸਮਝਦਾਰ ਹੁੰਦੇ ਨੇਗੇ, ਸੋ ਮੈਂ ਸਮਝਦਾ ਕਾਇਦੇ ਕਾਨੂੰਨ ਦੇ ਮੁਤਾਬਕ ਹੀ ਅਸਤੀਫਾ ਦੇਣਾ ਚਾਹੀਦਾ, ਔਰ ਕਾਇਦੇ ਕਾਨੂੰਨ ਦੇ ਮੁਤਾਬਕ ਹੀ ਪੋਲੀਟਿਕਸ 'ਚ ਆਉਣਾ ਚਾਹੀਦਾ ਗਾ। ਬੇਸ਼ੱਕ ਉਹਨਾਂ ਦਾ ਪਰਿਵਾਰ ਪੋਲੀਟਿਕਸ 'ਚ ਆ, ਪਰ ਲੇਕਿਨ ਉਹਨਾਂ ਉਹ ਤਾਂ ਕਾਇਦਾ ਕਾਨੂੰਨ ਮੰਨਦੇ ਨੇ ਕਿ ਉਹਨੂੰ ਪਤਾ ਕਿ ਉਹ IAS ਕਿਵੇਂ ਬਣੇ ਸੀਗੇ, ਸੋ ਮੈਂ ਸਮਝਦਾ ਉਹਨਾਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਹੀ ਜਿਹੜਾ ਹੈਗਾ ਅਸਤੀਫਾ ਦੇਣਾ ਚਾਹੀਦਾ। ਇਹ ਕਰਕੇ ਉਹ ਕਿਤੇ ਨਾ ਕਿਤੇ ਕਾਨੂੰਨ ਜਿਹੜਾ ਹੈਗਾ ਉਹਨਾਂ ਨੇ ਤੋੜਿਆ ਗਾ, ਸੋ ਕਾਨੂੰਨ ਨਹੀਂ ਤੋੜਨਾ ਚਾਹੀਦਾ। ਲੰਬਾ ਅਰਸਾ ਉਹਨਾਂ ਨੇ ਪੰਜਾਬ ਸੇਵਾ ਆਪਣੀ ਕੀਤੀ, ਆਪਣਾ ਜਿਹੜੀ ਆ ਨੌਕਰੀ ਨਿਭਾਈ ਆ, ਸੋ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਅਸਤੀਫਾ ਦੇਣਾ ਚਾਹੀਦਾ। ਚੀਮਾ ਸਾਹਿਬ, ਜਿਹੜੇ ਚਿਹਰੇ ਨਹੀਂ ਹੁਣ ਤੱਕ ਅਨਾਊਂਸ ਕੀਤੇ ਹੋਏ, ਲੋਕ ਉਡੀਕ ਕਰ ਰਹੇ ਨੇ, ਕਦੋਂ ਤੱਕ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡੇ ਇਲਾਕੇ ਦਾ ਕੈਂਡੀਡੇਟ ਕੌਣ ਹੋਊਗਾ? ਦੇਖੋ, ਪੰਜਾਬ 'ਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲ ਕੀਤੀ, ਅਸੀਂ 9 ਕੈਂਡੀਡੇਟ ਜਿਹੜੇ ਨੇਗੇ ਉਹ ਮੈਦਾਨ 'ਚ ਉਤਾਰ ਚੁੱਕੇ ਹਾਂ, ਔਰ 4 ਕੈਂਡੀਡੇਟ ਬਚੇ ਨੇ, ਬੜੇ ਜਲਦੀ ਉਹ ਵੀ ਮੈਦਾਨ 'ਚ ਆਉਣਗੇ। ਪੂਰੇ 13-13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਲੜ ਰਹੀ ਹੈ, ਉਹ ਜਿੱਤ ਪ੍ਰਾਪਤ ਕਰੂਗੀ। ਕਿੱਦਾਂ ਦੇ ਕੈਂਡੀਡੇਟ ਹੋਣਗੇ, ਕਿਉਂਕਿ ਪਹਿਲਾਂ ਵਿਰੋਧੀਆਂ ਨੇ ਕਿਤੇ ਨਾ ਕਿਤੇ ਸਾਫ਼ ਤੌਰ 'ਤੇ ਨਿਸ਼ਾਨੇ ਲਾਏ ਨੇ ਕਿ ਜੀ ਉਹੀ ਪੁਰਾਣੇ MLA ਉਹੀ ਮੰਤਰੀ, ਅਤੇ ਹੁਣ ਕਿਸ ਤਰੀਕੇ ਦੇ ਕੋਈ ਨਾ ਕੋਈ ਜਿਹੜੀ ਮੀਟਿੰਗਾਂ ਹੋ ਰਹੀਆਂ ਨੇ, ਤਾਂ ਕਿੱਦਾਂ ਦੇ ਬੰਦੇ ਹੋ ਸਕਦੇ ਨੇ? ਬਿਲਕੁਲ, ਸਾਰੇ ਜਿਹੜੇ MLA ਸਾਡੇ ਪਹਿਲੀ ਵਾਰ ਜਿੱਤੇ ਸੀਗੇ, ਇਹਨਾਂ ਤਾਂ 8-8 ਵਾਰ ਜਿੱਤੇ ਹੋਏ ਨੇ, ਸਾਡੇ ਤਾਂ ਪਹਿਲੀ ਵਾਰ ਜਿੱਤੇ ਨੇ, ਔਰ ਉਹਨਾਂ 'ਚ ਬਹੁਤ ਸਾਰੇ ਅਸੀਂ ਮੰਤਰੀ ਵੀ ਮੈਦਾਨ ਦਾ ਤਾਰੇ ਨੇਗੇ, ਬਹੁਤ ਸਾਰੇ MLA ਵੀ ਮੈਦਾਨ 'ਚ ਨੇਗੇ, ਸੋ ਮੈਂ ਸਮਝਦਾ ਗਾ ਕਿ ਪਾਰਟੀ ਜਿਹੜੀ ਉਹ ਬੜੇ ਅੱਛੇ ਤਰੀਕੇ ਦੇ ਨਾਲ ਯੰਗਸਟਰ ਨੂੰ, ਨਵੇਂ ਨੌਜਵਾਨਾਂ ਨੂੰ ਮੌਕਾ ਦੇ ਰਹੀ ਹੈ। ਅਸੀਂ ਸਾਰੇ
ਪੰਜਾਬ 'ਚ ਪੁਰਾਣਾ ਕੋਈ ਸਾਡਾ ਪਰਿਵਾਰ ਦਾ ਕਿਸੇ ਦਾ ਵੀ ਲਗਭਗ ਸਾਡੇ 92 ਵਿਧਾਇਕਾਂ 'ਚੋਂ ਮੈਂ ਸਮਝਦਾ ਕਿ 90 ਵਿਧਾਇਕਾਂ ਦਾ ਪਰਿਵਾਰ ਜਿਹੜਾ ਉਹ ਰਾਜਨੀਤਿਕ ਨਹੀਂ ਸੀਗਾ। ਸੋ ਅਸੀਂ ਤਾਂ ਨਵੀਂ ਰਾਜਨੀਤੀ ਸ਼ੁਰੂਆਤ ਪੰਜਾਬ 'ਚ ਕੀਤੀ ਆ, ਵੱਡੇ ਘਾਗ ਕਹਾਉਂਦੇ ਬੜੇ ਬੜੇ ਸਿਆਸਤਦਾਨ ਪੰਜਾਬ 'ਚ ਹਾਰੇ ਨੇਗੇ। ਸੋ ਇਹ ਪ੍ਰਕਿਰਿਆ ਹੁਣ ਵੀ ਜਾਰੀ ਆ, ਆਮ ਆਦਮੀ ਪਾਰਟੀ ਤਾਂ ਸਾਰੇ ਨਵੇਂ ਬੰਦੇ ਨੂੰ ਟੈਸਟ ਕਰਦੀ ਹੈ। ਸੋ ਦੇਖੋ ਜਦੋਂ ਰਿਜ਼ਲਟ ਆਊਗਾ, ਇਹ ਜਿਹੜੇ ਘਾਗ ਕਹਾਉਂਦੇ ਨੇ ਜਿਹੜੇ ਕਹਿੰਦੇ ਨੇ ਕਿਸੇ ਇੱਧਰ ਆ ਗਏ ਕਿਤੇ ਇੱਧਰ ਆ ਗਏ, ਉਹ ਸਾਰੇ ਹਾਰਨਗੇ ਔਰ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੂ। ਆਖਰੀ ਸਵਾਲ ਤੋਂ ਤੁਹਾਡੇ ਇਲਾਕੇ ਦਾ ਸੰਗਰੂਰ ਨੂੰ ਕਿਵੇਂ ਦੇਖਦੇ ਹੋ? ਸੀਐਮ ਸਾਹਿਬ ਦਾ ਕਿਹੜਾ ਸਭ ਤੋਂ ਹੌਟ ਸੀਟ ਸੰਗਰੂਰ ਮੰਨੀ ਜਾ ਰਹੀ ਹੈ ਲੋਕ ਸਭਾ ਚੋਣਾਂ ਦੇ ਵਿੱਚ? ਕਿਸ ਤਰੀਕੇ ਨਾਲ ਦੇਖਦੇ ਹੋ? ਹਰ ਇੱਕ ਪਾਰਟੀ ਆਪਣਾ ਸਭ ਤੋਂ ਵੱਡਾ ਲੀਡਰ ਇੱਥੇ ਉਤਾਰਨ ਦੇ ਲਈ ਤਿਆਰ ਆ, ਖਹਿਰਾ ਸਾਹਿਬ ਦਾ ਵੀ ਕਿਤੇ ਨਾ ਕਿਤੇ ਆਵਾਜ਼ ਆ ਰਹੀ ਆ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਆਮ ਆਦਮੀ ਪਾਰਟੀ ਦੇ ਵੱਲੋਂ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਆ ਪਰਫੋਰਮੈਂਸ ਆਪਣੀ ਦਿਖਾਈ ਜਾਊਗੀ? ਬਿਲਕੁਲ, ਜਦੋਂ ਅਸੀਂ ਆਪਣੇ ਹਲਕੇ 'ਚ ਜਾਂ ਬਾਹਰ, ਮੈਂ ਸਰੂਰ ਪਾਰਲੀਮੈਂਟ ਦੀ ਗੱਲ ਕਰਾਂ, ਜਦੋਂ ਪ੍ਰਚਾਰ ਲਈ ਜਾਂਦੇ ਹਾਂ ਤਾਂ ਲੋਕ ਆਪ ਬਹਾਰੇ ਪਿਆਰ ਦੇ ਰਹੇ ਨੇਗੇ। ਸੋ ਲੋਕਾਂ ਦਾ ਪਿਆਰ ਦਰਸਾਉਂਦਾ ਗਾ ਕਿ ਬਹੁਤ ਵੱਡੀ ਲੀਡ ਦੇ ਨਾਲ ਪੰਜਾਬ 'ਚੋਂ ਨੰਬਰ 1 ਲੀਡ ਦੇ ਉੱਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਸੰਗਰੂਰ ਤੋਂ ਜਿੱਤ ਪ੍ਰਾਪਤ ਕਰੂਗੀ। ਸੰਗਰੂਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਪਣਾ ਪੁਰਾਣਾ ਉਹਨਾਂ ਦਾ ਗੜ ਰਿਹਾਗਾ। ਸੋ ਅੱਜ ਵੀ ਉਹ ਜਿਹੜਾ ਹੈਗਾ ਬੜੇ ਅੱਛੇ ਤਰੀਕੇ ਨਾਲ ਸੰਗਰੂਰ ਨੂੰ ਜਿਹੜਾ ਹੈਗਾ ਦੁਬਾਰਾ ਹਮੇਸ਼ਾ ਹੀ ਯਾਦ ਰੱਖਦੇ ਨੇ ਕਿ ਹਮੇਸ਼ਾ ਕੰਮ ਕਾਰ 'ਚ ਪਹਿਲ ਦਿੰਦੇ ਨੇਗੇ। ਸੋ ਮੈਂ ਸਮਝਦਾ ਗਾ ਕਿ ਜਿੱਥੇ 13 ਜਿੱਤਾਂਗੇ ਅਸੀਂ ਉੱਥੇ ਪੰਜਾਬ ਦੇ ਵਿੱਚ ਜਿਹੜਾ ਸੰਗਰੂਰ ਆ ਉਹ 'ਚ ਨੰਬਰ 1 'ਤੇ ਲੀਡ ਪ੍ਰਾਪਤ ਕਰਾਂਗੇ। ਬਿਲਕੁਲ, ਹਰਪਾਲ ਸਿੰਘ ਚੀਮਾ ਫਾਈਨਾਂਸ ਮਿਨਿਸਟਰ ਦਿੜਬਾ ਪਹੁੰਚੇ ਨੇ ਅਤੇ ਸਾਫ਼ ਤੌਰ 'ਤੇ ਇੱਕ ਗੱਲ ਇਹਨਾਂ ਦੇ ਵੱਲੋਂ ਕਹੀ ਗਈ ਹੈ ਕਿ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਜਿਹੜੀ ਸਾਡੀ ਜਿੱਤ ਆ ਉਹ ਪ੍ਰਾਪਤ ਕੀਤੀ ਜਾਊਗੀ। ਚਰਨਜੀਵ ਕੌਸ਼ਲ ਦਿੜਬਾ ਤੋਂ, ਨਿਊਜ਼ 18 ਪੰਜਾਬ।